ये है आपका अपना सब रंग 94.7 FM कुछ खबर भी अपडेट दे दी जी के चमकौर की जी कच्ची गली है वह तो भावे साढ़े कार सेवा वाले बाबे ने उस वजूद न खत्म करके उस संगमरमरी देख देती सी पर हम जिस तरह अभी हर सिस्टम के नटसा विरासत न तवजो देने लगे हैं क्योंकि विरासत एक कमाल की चीज होंगी है तो चमकौर की गली की विरासत न मुड़ के उस रूप के सामने की कवायद अधीन उसू उसका पुरातन देख देने का जोड़ा काम मुड़ तो जारी हो गया तो नवाशहर भी एक जड़े स्पेशल बच्चे ने उन्होंने लिए चैरिटी शो करवाया जा रहा पंजाबी गायक दलजीत दोसांझ ने इस शो के परफॉर्म करना सी करना सो उस रस्ते जिस तरह स्त्री जागृति मंच इस पंजाबी सभ्याचार के नाम से हो रहे अत्याचार को रोकने के लिए जी वाहियात गायकी है उसको रोकने के लिए पंजाब स्त्री सभा ने लंबे समय तो जरा संघर्ष विढ़िया होया सो नवाशहर के आर के आरिए कॉलेज के मैदान जी दलजीत नाइट करवाई जा रही है जिसका जागृति मंच स्त्री जागृति मंच वालों विरोध किए जाने की संभावना से सो प्रशासन ने इस तरह के विरोध तो अणसुखावी घटना तो बचने के लिए दलजीत दोसांझ और संबंधित जिहड़ा पंजाब स्त्री जागृति मंच है उसकी बीबी संघा जां होर लोगों के विच एक समझौता करवाया जिस विच दलजीत दोसांझ ने इस गल की माफी मंगी है कि वह आइंदा कोई भी जिहड़ा वाहियात गीत इस प्रोग्राम दे विच जां इस तों बाद भी है जिहड़ा नहीं गावेगा ते उधर जलंधर दे विच एक चार वर्यां दी बच्ची दी अगवा होण दी खबर है भारतीय फौज दे एक मेजर सुखजीत सिंह जो कि फिरोजपुर छावनी इलाके दे विच तैनात ने उन्हां दी जिहड़ी बेटी सीगी वह अपने रिटायर्ड नाना से जो भारतीय फौज के ऑफिसर से रिटायर्ड फौजी अधिकारी से उन्होंने घर रणजीत एवन्यू जलंधर के बाहर है जी खेल रही थी सो एक अल्टो कार दे विच सवार कुछ लोग उस चार वर्या की मासूम बच्ची अगवा करके लै गए हैं तो यह संभावना दर्शाई जा रही है कि अगवाकारा ने 1 करोड़ रुपए की फरौती है इस बच्ची के वापस करने बदले मंगी है सो जिस अल्टो कार दे विच औरत ते आदमी उतरे सी उस अल्टो कार नू ਖੇੜੂ ਦੇ ਲਾਗੇ ਬੀਤੀ ਰਾਤ ਲਾਵਾਰਸ ਸਥਿਤੀ ਦੇ ਵਿੱਚ ਬਰਾਮਦ ਕੀਤਾ ਗਿਆ ਤੇ ਫਰੌਤੀ ਦੇ ਲਈ ਆਏ ਪਹੁੰਚ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਲੋਕੇਸ਼ਨ ਲਾਉਣ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਵੀ ਉਸ ਮਾਸੂਮ ਧਿਆਣੀ ਜਾਂ ਉਸ ਕਾਰ ਦੇ ਵਿੱਚ ਸਵਾਰ ਜਿਹੜੇ ਵਿਅਕਤੀ ਸੀਗੇ ਉਹਨਾਂ ਬਾਰੇ ਕੁਛ ਨਹੀਂ ਪਤਾ ਲੱਗਿਆ ਕੋਈ ਕਲੂ ਨਹੀਂ ਮਿਲਿਆ ਭਾਵੇਂ ਕਿ ਕਾਰ ਖੇੜੂ ਦੇ ਲਾਗਿਓਂ ਪੁਲਿਸ ਨੇ ਬਰਾਮਦ ਕਰ ਲਈ ਹੈ ਡਾਕਟਰ ਸੁਦਰਸ਼ਨ ਭਗਤ ਜੀ ਹੋਰ ਕਿਹੜੀਆਂ ਕਿਹੜੀਆਂ ਅਲਾਮਤਾਂ ਖਾਸ ਕਰਕੇ ਜਿਸ ਤਰ੍ਹਾਂ ਇੰਟਰਨੈਸ਼ਨਲੀ ਸਾਡੇ ਜਿਹੜੇ ਲਿਸਟਰ ਨੇ ਵਿਜ਼ਿਟ ਕਰਦੇ ਨੇ ਇੰਡੀਆ ਆਉਂਦੇ ਨੇ ਸਵੈਨ ਫਲੂ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਨੇ ਉਹਨਾਂ ਪ੍ਰਤੀ ਕਿਸ ਤਰ੍ਹਾਂ ਸਤਰਕ ਰਹਿਣਾ ਚਾਹੀਦਾ ਸੀਜ਼ਨ ਦੇ ਦੌਰਾਨ ਹਾਰਟ ਅਟੈਕ ਦੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸਵੈਨ ਫਲੂ ਜਾਨਲੇਵਾ ਬਿਮਾਰੀ ਹੈ ਸੋ ਹੋਰ ਕਿਸ ਤਰ੍ਹਾਂ ਬਚਿਆ ਜਾ ਸਕਦਾ ਜਾਂ ਅਗਾਉਂ ਕੀ ਸਿਮਟਮ ਜਾਂ ਲੱਛਣ ਨੇ ਜਿਹਨਾਂ ਤੋਂ ਸਤਰਕ ਰਹਿਣ ਦੀ ਜ਼ਰੂਰਤ ਹੈ ਕਹਿੰਦੇ ਹੁੰਦੇ ਆ ਜਾਨ ਹੈ ਤਾਂ ਜਹਾਨ ਹੈ ਨਹੀਂ ਤਾਂ ਫਿਰ ਤੁਹਾਡੇ ਖਾਤਿਆਂ ਦੇ ਵਿੱਚ ਪਏ ਲੱਖਾਂ ਡਾਲਰ ਵੀ ਕਿਸੇ ਕੰਮ ਨਹੀਂ ਆਉਂਦੇ ਜੇ ਤੁਸੀਂ ਕਿਸੇ ਗੰਭੀਰ ਬਿਮਾਰੀ ਦੀ ਭੇਟ ਚੜ ਜਾਵੋ ਜੀ ਭਗਤ ਜੀ ਹਾਂਜੀ ਹਾਂਜੀ ਤੇ ਉਹਨਾਂ ਸਾਹਿਬ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਥੋੜ੍ਹੀ ਸਾਰੀ ਇਹ ਜ਼ਰੂਰੀ ਹੈ ਕਿ ਅਵੇਅਰਨੈਸ ਜ਼ਰੂਰੀ ਹੈ ਕਿ ਸਾਨੂੰ ਅਗਰ ਸਾਡੀ ਕਿਉਂਕਿ ਤੁਹਾਡੇ ਆਪਣੀ ਬਾਡੀ ਨੂੰ ਅਸੀਂ ਬਿਲਕੁਲ ਠੀਕ ਤਰੀਕੇ ਨਾਲ ਜਾਣਨੇ ਹਾਂ ਕੋਈ ਵੀ ਉਹਨਾਂ ਵਿੱਚ ਕੁਛ ਲੱਗਦਾ ਹੈ ਕਿ ਕੋਈ ਚੀਜ਼ ਆਉਂਦੀ ਪਈ ਹੈ ਕੁਛ ਜਿਸ ਤਰ੍ਹਾਂ ਮੈਨੂੰ ਪਹਿਲਾਂ ਨਹੀਂ ਸੀਗਾ ਉਹਨਾਂ ਥੋੜ੍ਹੀ ਥੋੜ੍ਹੀ ਤਕਲੀਫ ਮੈਨੂੰ ਮਹਿਸੂਸ ਹੁੰਦੀ ਪਈ ਕਹਿ ਲਓ ਕਿ ਮੈਨੂੰ ਸਾਹ ਚੜ੍ਹਦਾ ਪਿਆ ਜਾਂ ਮੈਨੂੰ ਬਾਲ ਮੋਸ਼ਨ ਜਿਹੜੇ ਹੁੰਦੇ ਨੇ ਮੈਨੂੰ ਅਗਰ ਕੋਈ ਮੈਂ ਪਹਿਲਾਂ ਇੱਕ ਵਾਰ ਜਾਂਦਾ ਸੀ ਹੁਣ ਮੈਂ ਤਿੰਨਾਂ ਦਿਨਾਂ 'ਚ ਇੱਕ ਵਾਰ ਜਾਂਦਾ ਜਾਂ ਹਫ਼ਤੇ 'ਚ ਇੱਕ ਵਾਰ ਜਾਂਦਾ ਉਹ ਚੀਜ਼ ਆਉਂਦੀ ਪਈ ਹੈ ਜਾਂ ਮੈਨੂੰ ਜਿਸਲੇ ਮੈਂ ਵਾਸ਼ਰੂਮ ਜਾਂਦਾ ਤਾਂ ਮੈਨੂੰ ਉਹਦੇ ਵਿੱਚ ਕੋਈ ਬਲੱਡ ਤਾਂ ਨਹੀਂ ਆਉਂਦਾ ਪਿਆ ਜਾਂ ਕੁਛ ਇਹੋ ਜਿਹੇ ਚੇਂਜਿਸ ਮਤਲਬ ਤੁਸੀਂ ਆਪ ਆਪਣੇ ਤੁਸੀਂ ਚੇਂਜ ਮਹਿਸੂਸ ਕਰਦੇ ਹੋ ਆਪਣੇ ਆਪ ਵਿੱਚ ਜਾਂ ਮੇਰਾ ਕੋਈ ਵਜ਼ਨ ਤਾਂ ਨਹੀਂ ਘਟਦਾ ਪਿਆ ਜਾਂ ਮੈਨੂੰ ਕੋਈ ਜਿਸ ਤਰ੍ਹਾਂ ਮੈਂ ਪਹਿਲਾਂ ਬਿਲਕੁਲ ਠੀਕ ਹੁੰਦਾ ਸੀ ਹੁਣ ਮੈਨੂੰ ਕੋਈ ਮੈਂ ਛੋਟਾ ਸਾਰਾ ਵੀ ਕੰਮ ਕਰਨਾ ਤਾਂ ਮੈਨੂੰ ਲੋ ਐਨਰਜੀ ਰਹਿੰਦੀ ਹੈ ਸਾਹ ਚੜ੍ਹਦਾ ਹੈ ਮੈਨੂੰ ਸੋ ਇਹ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਵਿੱਚ ਕੋਈ ਇਹੋ ਜਿਹੀ ਚੇਂਜ ਆਉਂਦੀ ਪਈ ਹੈ ਇਹੋ ਜਿਹੀ ਕੋਈ ਸਾਈਨ ਸਿਮਟਮ ਬਣਦਾ ਪਿਆ ਹੈ ਤਾਂ ਇਸਦਾ ਮਤਲਬ ਕੋਈ ਸਾਡੇ ਵਿੱਚ ਕੋਈ ਤਕਲੀਫ ਬਣਦੀ ਪਈ ਹੈ ਹੋ ਸਕਦਾ ਥੋੜ੍ਹੀ ਦੇਰ ਬਾਅਦ ਵੱਡੀ ਬਣੇ ਅਗਰ ਅਸੀਂ ਇਹਨੂੰ ਛੋਟੀ ਪਹਿਲਾਂ ਹੀ ਤਕਲੀਫ ਨੂੰ ਜਾਣ ਲਈਏ ਤੁਸੀਂ ਯਕੀਨ ਨਹੀਂ ਕਰੋਗੇ ਤੁਹਾਨੂੰ ਸਾਹਿਬ ਮੇਰੇ ਕੋਲ ਇੱਕ ਪੇਸ਼ੈਂਟ ਰੀਸੈਂਟਲੀ ਹੀ ਆਏ ਸੀਗੇ ਉਹਨਾਂ ਨੇ ਉਹਨਾਂ ਨੂੰ ਕੋਈ ਥੋੜ੍ਹੀ ਸਾਰੀ ਉਹਨਾਂ ਨੂੰ ਫੂਡ ਪਾਈਪ ਦੀ ਤਕਲੀਫ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਕੋਈ ਖਾਣਾ ਉਹਨਾਂ ਦਾ ਥੋੜ੍ਹਾ ਅਟਕਦਾ ਹੈ ਖਾਣਾ ਖਾਂਦੇ ਵਾਸਤੇ ਨਿਕਲ ਨਹੀਂ ਸਕਦੇ ਸੀਗੇ ਸੋ ਉਹਨਾਂ ਨੇ ਉਹਨਾਂ ਦੇ ਫੈਮਿਲੀ ਡਾਕਟਰ ਸੀਗੇ ਉਹਨਾਂ ਨੇ ਅਪੁਆਇੰਟਮੈਂਟ ਬਣਾਈ ਸੀਗੀ ਸਪੈਸ਼ਲਿਸਟ ਨਾਲ ਜਿਹੜੇ ਹੁੰਦੇ ਐਂਥਲੀ ਨੇ ਸਪੈਸ਼ਲਿਸਟ ਨਾਲ ਸੋ ਉਹਨਾਂ ਦੀ ਅਪੁਆਇੰਟਮੈਂਟ ਵੀ ਉਹਨਾਂ ਨੂੰ ਡੇਟ ਕਾਫੀ ਲੇਟ ਡੇਟ ਮਿਲੀ ਉਹਨਾਂ ਨੂੰ 7 ਮਹੀਨਿਆਂ ਬਾਅਦ ਦੀ ਡੇਟ ਮਿਲੀ ਉਹਨਾਂ ਨੂੰ ਕਿ ਐਂਡੋਸਕੋਪੀ ਵਾਸਤੇ ਜਿਸਲੇ ਐਂਡੋਸਕੋਪੀ ਕੀਤੀ ਹੈ ਉਸਨੇ ਉਹਨਾਂ ਨੂੰ ਬਾਇਪਸੀ ਵੀ ਲਈ ਨਾਲੇ ਉਹਨਾਂ ਨੇ ਛੋਟਾ ਜਿਹਾ ਪੀਸ ਲਿਆ
ਤੇ ਪੀਸ ਦੀ ਰਿਪੋਰਟ ਬਾਅਦ ਵਿੱਚ ਆਈ ਹੈ ਕਿ ਸਟੇਜ 3 ਫੂਡ ਪਾਈਪ ਦਾ ਕੈਂਸਰ। ਮੈਂ 28 ਸਾਲ ਦਾ ਪੇਸ਼ੈਂਟ ਹੈਗਾ, 28 ਸਾਲ ਦਾ। ਉਹ ਉਹਨਾਂ ਦੀ ਵਾਈਫ ਜਿਹੜੀ 25 ਸਾਲ ਦੀ ਹੈ, ਲੇਕਿਨ ਉਹਨਾਂ ਨੂੰ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਜੀ ਤੁਹਾਨੂੰ ਫੂਡ ਪਾਈਪ ਦਾ ਕੈਂਸਰ ਹੈ। ਉਹ ਪੇਸ਼ੈਂਟ ਕਹਿੰਦੇ ਕਿ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤਾਂ ਟਾਈਮ ਦੀ ਗਿਆ ਸੀਗਾ ਡਾਕਟਰ ਸਾਹਿਬ ਕੋਲ, ਲੇਕਿਨ ਸਿਸਟਮ ਕੁਛ ਇਹੋ ਜਿਹਾ ਸੀਗਾ ਕਿ ਹੁਣ 7 ਮਹੀਨਿਆਂ ਬਾਅਦ ਮੈਨੂੰ ਡਾਇਗਨੋਸ ਕੀਤਾ ਕਿ ਸਟੇਜ 3 ਫੂਡ ਪਾਈਪ ਦਾ ਕੈਂਸਰ। ਹੁਣ ਡਾਕਟਰ ਕੋਲ ਜਾਂਦਾ, ਸਰਜਨ ਕੋਲ ਜਾਂਦੇ ਨੇ, ਉਹ ਸਰਜਨ ਕਹਿੰਦਾ ਮੈਨੂੰ ਅਜੇ ਮੈਂ ਸਰਜਰੀ ਨਹੀਂ ਕਰਨੀ ਕਿਉਂਕਿ ਮੈਨੂੰ ਸੀਟੀ ਸਕੈਨ ਦੀ ਰਿਪੋਰਟ ਦਿਓ ਕਿ ਕੈਂਸਰ ਕਿੰਨਾ ਫੈਲਿਆ ਹੈ। ਸੋ 3 ਮਹੀਨੇ ਤੱਕ ਉਹਨਾਂ ਨੂੰ ਅਜੇ ਕੋਈ ਡੇਟ ਜਾਂ ਕੋਈ ਸੀਟੀ ਸਕੈਨ ਨਹੀਂ ਹੋਇਆ। ਸੋ ਕਹਿਣ ਦਾ ਮਤਲਬ, ਕਹਿਣ ਦਾ ਭਾਵ ਇਹ ਹੈ ਕਿ ਮਤਲਬ ਮੈਡੀਕਲ ਸਿਸਟਮ ਵਿੱਚ ਕਿਸ ਤਰ੍ਹਾਂ ਇੰਨੀ ਜ਼ਿਆਦਾ ਤਕਲੀਫ ਬਣ ਗਈ। ਕੈਂਸਰ ਤੇ ਦਿਨ ਮਤਲਬ ਹਰ ਦਿਨ ਵਿੱਚ ਡਬਲ ਹੁੰਦਾ ਕੈਂਸਰ ਤੇ, ਕੈਂਸਰ ਦੇ ਸੈਲਸ। ਸੋ ਅਗਰ ਅਰਲੀ ਸਟੇਜ ਵਿੱਚ ਜਿੰਨਾ ਅਰਲੀ ਸਟੇਜ ਵਿੱਚ ਪਤਾ ਚੱਲ ਜਾਂਦਾ ਹੈ ਤੁਹਾਨੂੰ ਸਾਹਿਬ, ਉਨਾ ਹੀ ਬਹੁਤ ਚੰਗਾ ਹੈ, ਕਿਉਂਕਿ ਉਸਲੇ ਕੈਂਸਰ ਫੈਲਦਾ ਨਹੀਂ ਹੁੰਦਾ। ਹੁਣ ਸਾਰੇ ਹੀ ਕਹਿੰਦੇ ਨੇ, ਅੱਜ ਦੀ ਡੇਟ ਵਿੱਚ ਸਾਰੇ ਕਹਿੰਦੇ ਨੇ ਕਿ ਕੈਂਸਰ ਦਾ ਇਲਾਜ ਹੈ। ਮੈਂ ਵੀ ਬਿਲਕੁਲ ਕਹਿੰਦਾ ਕੈਂਸਰ ਦਾ ਇਲਾਜ ਹੈ, 100% ਹੈ। ਪਰ ਅਗਰ ਅਸੀਂ ਅਰਲੀ ਸਟੇਜ ਵਿੱਚ ਉਸਦਾ ਪਤਾ ਲਗਾ ਲੈਂਦੇ ਹਾਂ, ਸੋ ਬਹੁਤ ਹੀ, ਕਿਉਂਕਿ ਉਹ ਉਸਲੇ ਫੈਲਦਾ ਨਹੀਂ ਹੁੰਦਾ, ਛੋਟੀ ਜਿਹੀ ਗਿਲਟੀ ਹੀ ਹੁੰਦੀ ਹੈ, ਸੋ ਉਹਨੂੰ ਕੱਢ ਲਈਏ ਤੇ ਕੈਂਸਰ ਦਾ ਕਿਉਰ ਹੀ ਹੋ ਗਿਆ। ਲੇਕਿਨ ਅਗਰ ਫੈਲ ਜਾਂਦਾ ਹੈ, ਕੈਂਸਰ ਦਾ ਗ੍ਰੀਕ ਵਰਡ ਹੈ ਤੁਹਾਨੂੰ ਸਾਹਿਬ, ਕੈਂਸਰ ਜਿਹੜਾ ਹੈ ਗ੍ਰੀਕ ਵਰਡ, ਇਹਨੂੰ ਬੋਲਦੇ ਕਰੈਬ ਲਾਈਕ। ਸੋ ਜਿਸ ਤਰ੍ਹਾਂ ਕਰੈਬ ਦੀਆਂ ਲੱਤਾਂ ਹੁੰਦੀਆਂ ਨੇ, ਕੈਂਸਰ ਵੀ ਆਪਣੀ ਜੜ੍ਹਾਂ ਨੂੰ ਇਸ ਤਰ੍ਹਾਂ ਫੈਲਾਉਂਦਾ ਹੈ। ਸੋ ਹੁਣ ਐਡਵਾਂਸ ਟੈਕਨੋਲੋਜੀ ਜਿਹੜੀ ਅਸੀਂ ਟੈਸਟ ਕਰਦੇ ਹਾਂ, ਉਹਨਾਂ ਟੈਸਟਾਂ ਵਿੱਚ ਪਹਿਲਾਂ ਹੀ ਪਤਾ ਚੱਲ ਸਕਦਾ ਹੈ, ਮਤਲਬ ਮੱਚ ਬਿਫੋਰ ਕਹਿ ਲਓ ਕਿ ਸਾਲਾਂ ਕੁ ਮਹੀਨੇ ਕਿ ਕਾਫੀ ਦੇਰ ਪਹਿਲਾਂ ਪਤਾ ਚੱਲ ਸਕਦਾ ਹੈ ਕਿ ਸਾਡੇ ਵਿੱਚ ਕੈਂਸਰ ਦੇ ਜੀਨਸ ਤੇ ਨਹੀਂ ਹੈਗੇ, ਕੁਛ ਇਹੋ ਜਿਹੀ ਤਕਲੀਫ ਤੇ ਨਹੀਂ ਕੈਂਸਰ, ਜਾਂ ਖਰਾਬ ਕੈਂਸਰ ਦੇ ਜਾਂ ਚੰਗੇ, ਕੁਛ ਕੈਂਸਰ ਚੰਗੇ ਵੀ ਹੁੰਦੇ ਜਿਹੜੇ ਸਾਲਾਂ ਭਰ 10-20 ਸਾਲ ਤੱਕ ਵੀ ਰਹਿੰਦੇ ਨੇ ਤੁਹਾਨੂੰ ਸਾਹਿਬ, ਕੁਛ ਕੈਂਸਰ ਜਿਹੜੇ 6 ਮਹੀਨੇ ਜਾਂ ਕੁਛ 6 ਮਹੀਨੇ ਵਿੱਚ ਹੀ ਮਾਰ ਦਿੰਦੇ ਨੇ। ਸੋ ਚੰਗਾ ਇਹ ਹੈ ਕਿ ਪਹਿਲਾਂ ਪਤਾ ਚੱਲ ਜਾਏ ਕਿ ਸਾਨੂੰ ਕੋਈ ਤਕਲੀਫਾਂ ਦੀ ਆਸ਼ੰਕਾ ਤੇ ਨਹੀਂ ਹੈ, ਕੋਈ ਰਿਸਕ ਤੇ ਨਹੀਂ ਹੈ। ਸੋ ਕੈਂਸਰ ਦੀ ਮਿਸਾਲ ਇੱਕ ਹੋ ਗਈ, ਬਾਕੀ ਹੋਰ ਵੀ ਜਿਸ ਤਰ੍ਹਾਂ ਹਾਰਟ ਦੀ ਤਕਲੀਫਾਂ ਹੋ ਗਈਆਂ ਜਾਂ ਜੋੜਾਂ ਦੀਆਂ ਤਕਲੀਫਾਂ ਹੋ ਗਈਆਂ, ਉਹਨਾਂ ਦਾ ਅਗਰ ਤੁਹਾਨੂੰ ਐਡਵਾਂਸ ਵਿੱਚ ਪਹਿਲਾਂ ਪਤਾ ਚੱਲਦਾ ਹੈ, ਸੋ ਉਸਦਾ ਐਡਵਾਂਸ ਵਿੱਚ ਇਲਾਜ ਵੀ ਹੋ ਸਕਦਾ ਹੈ, ਕੰਟਰੋਲ ਵੀ ਹੋ ਸਕਦਾ ਹੈ, ਮਤਲਬ। ਲੇਕਿਨ ਕੰਡੀਸ਼ਨ ਇਹ ਹੈ ਕਿ ਪਹਿਲਾਂ ਪਤਾ ਲੱਗ ਜਾਏ, ਥੋੜ੍ਹਾ ਟਾਈਮ ਦਾ ਪਤਾ ਲੱਗ ਜਾਏ, ਨਾ ਕਿ ਉਸਨੇ ਜਿਸਨੇ ਪੂਰੀ ਤਕਲੀਫ ਫੈਲ ਜਾਂਦੀ ਹੈ ਉਸਦਾ ਮੁਸ਼ਕਿਲ ਹੁੰਦਾ ਤੁਹਾਨੂੰ ਸਾਹਿਬ ਜੀ। ਸੁਣ ਰਹੇ ਹੋ ਸਬਰਮ ਰੇਡੀਓ 94.7 FM, ਸਬਰਮ ਰੇਡੀਓ ਨਵੀਂ ਤਰੰਗ।